सूही सवेर चैनल देख रहे सारे दर्शकों का स्वागत है। दोस्तों तर्कशील वार्ता की लड़ी अगे तोर दो साढ़े नाल एक बार फिर तो मास्टर सुरजीत दौदर जी अज ने जिन्हां नाल आपां पिछली लड़ी दे विच गलबात कर रहे सी भगतां बारे उन्हां दीआं प्रचलित साखियां बारे उन्हां दी पिछली सच्चाई की है अते किवें ब्राह्मणवाद ने उन्हां नूं अपने तरीके दे नाल मोड़ लिया अपने तरीके दे नाल उन्हां नूं साखियां नूं बना लिया। अज आपां गल करांगे होर भगतां बारे दो बारे। सो साडे नाल सुरजीत दौदर जी जुड़ चुके ने मास्टर जी बहुत बहुत धन्यवाद जी। बहुत धन्यवाद तुहाडा सूही सवेर वाले साथियों का प्रबंधकों का जिहड़े दर्शकों नूं मिला देने मेहरबानी जी। अच्छा जी अज आपां गलबात करांगे अगले भगतां बारे। सो सब तो पहला धन्ना भगत जी उन्हां बारे जो साखी प्रचलित है मैं चाहुंदा उह दस के तुसीं उहदे पिछली सच्चाई जरूर दसो दर्शकां। अपना जिहड़ा साखियां नूं फरोलण दा मतलब है उह है ही असल इह है बई उन्हां साखियां दे विच कित्थों किवें की ने किहदे लई रला पाया उन्हां भगतां दी उस विचारधारा नूं जिहड़ी विचारधारा उन्हां ने आप खुद रची जिहड़ी विचारधारा नूं गुरु अर्जन देव ने आपदे गुरबाणी दे पद्धर ते बराबर रखदिआं जां उहदे मतलब जिवें कह दईए उन्हां विचारां दे बराबर हुंदिआं अपने ग्रंथ 'च दर्ज कीता। उस ग्रंथ 'च थोड़ा जिहा मैं दर्शकां नूं इस करके पिछोकड़ दसण लगा पहली वारी वी इह दस्सिआ सी पर एक मिनट वास्ते ही आपां उह पिछोकड़ दसण लगे हां बई उह जदों बाणी दर्ज हुंदी आ गुरू ग्रंथ साहिब दी रचना हुंदी आ ਜਦੋਂ ਗ੍ਰੰਥ ਦੀ ਰਚਨਾ ਹੋਈ ਤਾਂ ਗੁਰੂ ਅਰਜਨ ਦੇਵ ਦੇ ਵਿਰੋਧ 'ਚ ਉਹ ਬ੍ਰਾਹਮਣ ਲਾਣਾ ਜਿਹੜਾ ਇਹਨਾਂ ਸਾਰਿਆਂ ਨੂੰ ਆਪਦੀ ਸੇਵਾ 'ਚ ਲਾਈ ਫਿਰਦਾ ਸੀ ਕਿਸੇ ਨੂੰ ਵੰਡ ਕੇ ਦਿੱਤਾ ਸੀ ਵੀ ਤੂੰ ਖੇਤੀ ਕਰਨੀ ਹੈ ਕਿਸੇ ਨੂੰ ਵੰਡ ਕੇ ਦਿੱਤਾ ਸੀ ਤੂੰ ਭਾਂਡੇ ਮਾਂਜਣੇ ਹੈ ਕਿਸੇ ਨੂੰ ਵੰਡ ਕੇ ਦਿੱਤਾ ਸੀ ਤੂੰ ਚੰਮ ਢੋਣਾ ਹੈ ਕਿਸੇ ਨੂੰ ਕੁਛ ਉਹ ਸਾਰਿਆਂ ਦਾ ਜਦੋਂ ਲਿਖਿਆ ਹੋਇਆ ਫਲਸਫਾ ਇਸ ਫਲਸਫੇ 'ਚ ਆ ਕੇ ਰਲਦਾ ਤਾਂ ਲਾਜ਼ਮੀ ਹੈ ਵੀ ਢਿੱਡ ਪੀੜ ਤਾਂ ਉਹਨਾਂ ਨੂੰ ਹੋਣੀ ਸੀ ਕਿਉਂਕਿ ਇੱਕ ਪਾਸੇ ਇਹ ਕਿਰਤ ਦੀ ਗੱਲ ਕਰਦੇ ਆ ਅਤੇ ਬ੍ਰਾਹਮਣਵਾਦ ਕਿਰਤ ਦੇ ਨਾਲ ਉਹ ਹਮੇਸ਼ਾ ਤੋੜਦਾ ਰਿਹਾ ਮਤਲਬ ਤੋੜਦਾ ਰਿਹਾ ਕਿਰਤ ਕਰਨ ਵਾਲਾ ਇੱਕ ਵਰਗ ਪੈਦਾ ਕਰਤਾ ਦੂਜੇ ਵਰਗ ਨੂੰ ਕਿਸੇ ਨੂੰ ਸੇਵਾ ਚਲਾ ਲਿਆ ਕਿਸੇ ਨੂੰ ਕਿਸੇ ਚਲਾ ਲਿਆ ਕਿਸੇ ਨੂੰ ਕਿਸੇ ਚਲਾ ਲਿਆ ਅਤੇ ਆਪ ਸਿਰਫ ਵਿੱਦਿਆ 'ਤੇ ਏਕਾਧਿਕਾਰ ਕਰਕੇ ਬਹਿ ਗਿਆ। ਹੁਣ ਜਿਹਦਾ ਬੰਦੇ ਦਾ ਵਿੱਦਿਆ 'ਤੇ ਏਕਾਧਿਕਾਰ ਹੈ ਜਿਹਦੇ ਉਦੋਂ ਦੇ ਮੁਤਾਬਕ ਹਿਲਾਏ ਬਿਨਾਂ ਪੱਤਾ ਵੀ ਨਹੀਂ ਹਿਲਦਾ ਅਤੇ ਉਦੋਂ ਫਿਰ ਧੰਨੇ ਜੱਟ ਹੋਣੀ ਅਤੇ ਦੂਜੇ ਸਾਰੇ ਆਪਦੀਆਂ ਸਾਖੀਆਂ ਆਪਦੀਆਂ ਜਿਹੜੀਆਂ ਰਚਨਾਵਾਂ ਉਹ ਰਚਣ ਲੱਗ ਗਏ ਜਿਹੜੀਆਂ ਰਚਨਾਵਾਂ ਬ੍ਰਾਹਮਣਵਾਦ ਦੇ ਫਿੱਟ ਨਹੀਂ ਸੀ ਬੈਠਦੀਆਂ ਅਤੇ ਫਿਰ ਲਾਜ਼ਮੀ ਇਹਨਾਂ ਦੇ ਦਰਦ ਉੱਠਣਾ ਸੀ ਅਤੇ ਉੱਠਿਆ। ਆਪਾਂ ਜੇ ਧੰਨੇ ਭਗਤ ਦੀ ਗੱਲ ਕਰੀਏ ਧੰਨੇ ਦਾ ਜਨਮ ਬਣਦਾ ਤਕਰੀਬਨ 1415 ਈਸਵੀ ਦੇ ਲਗਭਗ ਦਾ ਇਹਦਾ ਜਿਹੜਾ ਪਿਛੋਕੜ ਆ ਉਹ ਮਤਲਬ ਜਿਹੜੇ ਸਾਡੇ ਜਿੱਥੇ ਚੰਬਲ ਘਾਟੀ ਦੇ ਵਿੱਚ ਰਹਿੰਦੇ ਆ ਨਾ ਸਾਰੇ ਉੱਥੇ ਜੁੜਦਾ ਅਸਲ ਜਾ ਕੇ ਚੰਬਲ ਘਾਟੀ ਦੇ ਵਿੱਚ ਜਿਹੜਾ ਇੱਕ ਕਬੀਲਾ ਉੱਥੋਂ ਦੇ ਡੰਗਰ ਚਾਰਦਾ ਸੀ ਅਤੇ ਹੋਰ ਸਾਰਾ ਕੁਛ ਕਰਦਾ ਸੀ ਜਦੋਂ ਇੱਥੇ ਉਥਲ ਪੁਥਲ ਹੋਈ ਨਾ 712 ਈਸਵੀ ਦੇ ਵਿੱਚ ਆਇਆ ਆਪਣਾ ਇੱਕ ਸ਼ਾਸਕ ਜਿਹੜਾ ਇੱਥੇ ਕਬਜ਼ਾ ਕਰਨ ਵਾਸਤੇ ਆਇਆ ਮੁਹੰਮਦ ਕਾਸਮ ਹੈ ਸ਼ਾਇਦ ਉਹਦਾ ਨਾਂ ਮੈਂ ਜੇ ਭੁੱਲਦਾ ਨਹੀਂ ਤਾਂ ਉਹ ਜਦੋਂ ਇੱਥੇ ਆਇਆ ਅਤੇ ਉਦੋਂ ਫਿਰ ਨਾ ਇਹ ਦੋ ਫਿਰਕਿਆਂ ਦੀ ਦੋ ਧਰਮਾਂ ਦੀ ਲੜਾਈ ਆਪੋ ਵਿੱਚ ਸ਼ੁਰੂ ਹੋ ਗਈ। ਇੱਕ ਪਾਸੇ ਉਹ ਇਸਲਾਮ ਲੈ ਕੇ ਆ ਗਏ ਇੱਕ ਪਾਸੇ ਸਾਡੇ ਵਾਲੇ ਸੀ ਜਿਹੜਾ ਬ੍ਰਾਹਮਣਵਾਦ ਸੀ ਬ੍ਰਾਹਮਣਵਾਦ ਦੇ ਵਿੱਚੋਂ ਇਹ ਲੋਕਾਂ ਨੂੰ ਨੀਚਤਾ ਊਚਤਾ ਅਤੇ ਹੋਰ ਸਾਰੇ ਕਾਸੇ ਦੇ ਵਿੱਚ ਗ੍ਰਸਤ ਕਰੀ ਬੈਠਾ ਸੀ ਜਿਹੜਾ ਇਸਲਾਮ ਆਇਆ ਉਹਨੇ ਥੋੜ੍ਹੀਆਂ ਜਿਹੀਆਂ ਖੁੱਲ੍ਹਾਂ ਦਿੱਤੀਆਂ ਅਤੇ ਉਹਨਾਂ ਨੇ ਆਪਦਾ ਇੱਕ ਵਿਚਾਰਧਾਰਾ ਦੇ ਦਿੱਤੀ ਵੀ ਤੁਸੀਂ ਇਸ ਵਿਚਾਰਧਾਰਾ ਨਾਲ ਜੁੜ ਕੇ ਇਹੋ ਜਿਹੀ ਜ਼ਿੰਦਗੀ ਜਿਉਂਗੇ ਅਤੇ ਇਹ ਕਹਿੰਦੇ ਇਸ ਵਿਚਾਰਧਾਰਾ ਦੇ ਨਾਲ ਜਿੰਦ ਕੇ ਇਹੋ ਜਿਹੀ ਜ਼ਿੰਦਗੀ ਜਿਉਂਗੇ ਜਦੋਂ ਕਿ ਦੋਨਾਂ ਦਾ ਹੀ ਲਕਾਈ ਨੂੰ ਆਪਦੇ ਕਾਬੂ 'ਚ ਰੱਖਣਾ ਸੀ ਦੋਨਾਂ ਦਾ ਮਕਸਦ ਇੱਕੋ ਸੀ। ਫਿਰ ਉੱਥੋਂ ਦੋ ਵਿਚਾਰਧਾਰਾਵਾਂ ਪ੍ਰਗਟ ਹੁੰਦੀਆਂ ਇੱਕ ਵਿਚਾਰਧਾਰਾ ਪ੍ਰਗਟ ਹੁੰਦੀ ਆ ਭਗਤੀ ਲਹਿਰ ਜਿਹੜੀ ਭਗਤੀ ਲਹਿਰ ਆ ਉਹ ਬ੍ਰਾਹਮਣਵਾਦੀ ਗਰੁੱਪ 'ਚੋਂ ਬ੍ਰਾਹਮਣਵਾਦੀ ਫਲਸਫੇ ਦੇ ਵਿੱਚੋਂ ਪੈਦਾ ਹੁੰਦੀ ਹੈ ਜਿਹੜਾ ਸੂਫੀ ਮਤ ਹੈ ਉਹ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਮੁਸਲਮਾਨਾਂ ਦੇ ਵਿੱਚ ਕੁਛ ਸੂਫੀ ਜਿਹੜੇ ਕਹਿੰਦੇ ਸੀ ਵੀ ਇਹਨਾਂ ਦੇ ਸ਼ਾਸਕ ਹੈ ਜਿਹੜੇ ਉਹ ਮਾੜਾ ਕੰਮ ਕਰਦੇ ਆ ਇਹਨਾਂ ਦਾ ਪ੍ਰਬੰਧ ਮਾੜਾ ਹੈ ਇਹ ਲੋਕਾਂ ਨੂੰ ਐਂ ਕਰਦੇ ਆ ਲੋਕਾਂ 'ਤੇ ਜ਼ੁਲਮ ਕਰਦੇ ਆ ਸਾਰਾ ਕੁਛ ਕਰਦੇ ਉਹਦੇ ਵਿਰੋਧ 'ਚ ਸੂਫੀ ਮਤ ਆ ਗਿਆ ਬਈ ਲੋਕਾਂ ਨੂੰ ਯਾਰ ਇਸ ਢੰਗ ਨਾਲ ਜਿਉਣ ਦਿਓ ਅਤੇ ਇਹਦੇ ਵਿਰੁੱਧ ਇਹਦੇ ਭਗਤੀ ਲਹਿਰ ਆ ਗਈ ਭਗਤੀ ਲਹਿਰ ਦਾ ਇੱਕ ਭਗਤ ਹੈ ਭਗਤ ਧੰਨਾ ਜਦੋਂ ਇਹ ਰਾਜਸਥਾਨ 'ਚ ਇਹਦਾ ਜਨਮ ਹੋਇਆ ਟਾਂਕ ਡਿਸਟ੍ਰਿਕਟ ਦੇ ਵਿੱਚ ਧੂਆਂ ਕਲਾਂ ਪਿੰਡ ਹੈ ਇਹਦਾ ਧੂਆਂ ਉੱਥੇ ਇਹਦਾ ਜਦੋਂ ਜਨਮ ਹੋਇਆ ਅਤੇ ਜਨਮ ਤੋਂ ਇਹ ਬੰਦਾ ਆਪਦੇ ਪਿਤਾ ਪੁਰਖੀ ਕਿੱਤੇ ਦੇ ਨਾਲ ਮੈਂ ਬ੍ਰਾਹਮਣਵਾਦੀ ਸਾਖੀ ਸੁਣਾਉਣ ਲੱਗਾ ਵੀ ਉਹਦੇ 'ਚ ਕਿੱਥੇ ਕਿੱਥੇ ਬਰੀਕੀਆਂ ਕਿਹੋ ਜਿਹੀਆਂ ਉਹਨਾਂ ਨੇ ਕੀਤੀਆਂ ਉਹ ਮਤਲਬ ਜਦੋਂ ਉਹ ਆਪਦੀਆਂ ਡੰਗਰ ਚਾਰਦਾ ਕਰਕੇ ਰੋਜ਼ ਇੱਕ ਰਸਤੇ ਤੋਂ ਦੀ ਜਿਹੜੇ ਤੋਂ ਲੰਘਦਾ ਉੱਥੇ ਇੱਕ ਸ਼ਿਵ ਦੁਆਲਾ ਉਹਦੇ 'ਚ ਪੰਡਿਤ ਹੈ ਜਿਹੜਾ ਰੋਜ਼ਾਨਾ ਮੂਰਤੀਆਂ ਦੀ ਪੂਜਾ ਕਰਦਾ
ये मतलब थोड़ा जा जिमें कह दिए बंदा जड़ा थोड़ा जा लोगों तो अगाह हो सोचता भी अगांह दगोई हों क्योंकि वो सोच वह जी अडारियां भरती रही है भावें छोटा होडा हो क्योंकि कवि विरती सी तो यदी भी सोच ने अडारी भरी भी यार की करता रोज़ बंदा इतने उन्हें जो वेख्या तो वह पंडित पूजा करता सी पूजा करते वह एक दिन बह गया को पंडित जी की करते हैं कहता मैं तो इन्हों की पूजा करना पूजा की कर का तो करते हैं वह कहता भी जोड़ा कुछ मंगते हैं तो दिदियाँ है तो इस करके मैं इन्हों की पूजा करता मतलब की है भी एक किरत करने वाले बंदे जेड़ा किरत करन की रुचि रखता उन्हूं यह साखी सिरज के उन्हूं आप दियां मूर्तियां दे नाल क्योंकि मूर्ति पूजा का विरोध हुंदा मुड़ के आके जिहड़ा सिख धर यह है मतलब गुरु ग्रंथ साहब है ये मूर्ति पूजा का सारा विरोध है यदा हुण जे विरोध हुंदा जे मूर्ति पूजा का ही विरोध पंडित झल नहीं सकता भी मूर्ति पूजा का विरोध होवे हुण उन्हें फिर की किया उन्हें फिर साखियां नाल इह जिहियां जोड़तियां जिहदे च मूर्ति पूजा साबित करती भी मूर्ति पूजा जे तुसीं करोगे हुण इहदे च लिखिया की है भी वह जो ब्राह्मण त्रिलोचन वह ना है पूर्ति टल खड़का रोज़ तो सेवा करता तो धन्य ने पूछा जो धन्य धना जी फिर मैनू भी मैं तो बालियां चीज़ा आंदा मेरे तो मंगण वाली मैं तो आंदा बहुत चीज़ा मैं तो भुखा मरदा काम किरत करता भुखा ही मरदा हुंदा बंदा पता ही है आंदा जी मैं तो भुखा मरदा तो मेरे तो काम बहुत करता मैनू करना पैंदा मैं तो सत जाना जावां तो मैनू भी तुसीं एक दिओ जिहड़ा तुसीं कहिंदे भी मंगे तो मिल जाता मैं भी ये तो मंग के वेख लां वो भाई खड़े पै गया पहले दिन मंगया दूजे दिन मंगया तीजे दिन मंगया भाई दे 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 मगरी पै गया जदों एक दिन फिर उन्हें पत्थर लपेट के फड़ाता आंदा चंगा भी आ लै जा तो उन्होंने दसता ढंग विधि भी ऐ करके किवें कर चलो पूजा का ढंग आप छड़ दें क्योंकि लोगों को पता उन्हें लिया के भाई सजा के रख लिया तो सजा के रख के तो वह मूहरे बह गया जो बह गया जो पंडित ने दसा से भी भोग लाना हूँ तो भोग लाता ही पंडित का माड़ा जहा मूँह लाता ही तो ये चित च वाल फिर है नहीं सी जानी ये एक साखी है आप साखी के गांह वह जोड़ा तोल टकान जो जो सूखमताई है पंडित ने किमें कितने की नाल दाल जिक्र करा तो वह रख के बह गया जो रख के बह गया तो अंदरों ला लिया कुंडा तो भाई दो दिन अंदरों निकलिया इन्हों साखी के मुताबिक तो माँ प्यो नूं फिक्र हो गया भी अंदर भुखा बैठा ना आप कुछ खाधा ना पता नहीं पंडित ने की फड़ाता भी अंदर ही बैठा कुछ करी जाता वो पंडित नूं फड़ लिया सद लिया हाँ जी वो तो अंदर ही बैठा उहदे नाल वो नहीं निकलिया बाहर भाई तू आके उन्हूं दस भी की गल हुई उन्हें बार बूर खड़काया मतलब भी मैं तेरा गुरु आ गया पहले तो उन्हें पैरों हाथ लाया पंडित दे भी मेरा गुरु आया मैनू इन्हें गुर विद्या दिती गुर की दिती पत्थर दिता कला यदा मतलब है भी जे थोनू पंडित टिचर भी करता जे थोनू किसी गलों पत्थर भी फड़ा तुम वे पैर फड़ने वो थोड़े वास्ते थोड़ा गुरु है धने ने उस तरह गुरु मान लिया चलो जी उन्हें फिर क्या आता भी ऐ नहीं कुछ खाँदा हों वो फिर मेरा तो हार्ट यह जा मैं तो जिन्हें चिर यही नहीं खाँदा उन्हें चिर मैं मूँह च दाणा नहीं पाँना जो बैठा रहा तो दो तीन दिन चार दिन बैठ तो उही रोटी उही लस्सी उही सारा कुछ ना होर बनाया ना किया ना आप खाधा फिर आदि भी अक के भगवान पैदा हो गया पत्थर तो पहला के कला हथ निकलिया हथ निकले जो थाली में हथ पा लगा तो इन्हें थाली पिछे खिंच लिया ना भाई पहला सारा निकलवा मैं तो फिर देव थाली जानी यह ब्राह्मण की घड़ी भी साखी है ना तो पत्थर चो रब ने पैदा होना ना रब है गुरबाणी के मुताबिक भी नहीं है वो भी को जड़ा कुदरती ढांचा जोड़ा विचारवादी फलसफा तो अध्यात्म ये अपने पदार्थवादी फलसफा है वो भी गुरु अर्जन देव जी पदार्थवादी फलसफे की गल करते हैं पवने में पवन समाया ज्योति में ज्योत रल गया माटी माटी होई एक रोवन हारे की कवन टेक वो भी पदार्थवादी फलसफे की गल वे करते हैं तो ये मतलब इन्होंने वो पत्थर चो रब पैदा किया क्यों क्योंकि साढ़े प जिन्हों की असी पूजा करते हैं व्यर्थ ना समझो ये सारिया के रब पैदा होंगे असी इन्हों की पूजा जोड़नी गल उ जोड़ती चलो जी जो पैदा होया हथ खिचया तो इन्हें थाल खिच लिया थाल खिच के तो आता भगवान जी रोटी खाओ पहला फिर वो आता भी ये तो बेही है वह उदे आ जाता जिद तू लाई पई है सजरी खा लेंदा ना हूँ लेट होया बेही खा चलो जो उन्हें बेही रोटी खा ली एक साखी साखी तो बाद फिर इन्हें एक आप कहते ना आरता आचार्य ऊ तो आम करके तो आरती है पर इन्हें आरता आचार्य धने ने आरत का मतलब हुंदा पखारी पखारी मतलब मैं तेरा पखारी है इन्हें उन्होंने शुभ कहा हुण इन्हें मंगया की कुछ जिहड़ी घर च घाट है सारी चीज़
ਮੈਨੂੰ ਮੱਝ ਲਵੇਰੀ ਦੇ ਦੇ, ਮੈਨੂੰ ਗਾਂ ਦੇ ਦੇ, ਮੈਨੂੰ ਇੱਕ ਚੰਗੀ ਜਨਾਨੀ ਦੇ ਦੇ, ਮੈਨੂੰ ਮੇਰਾ ਮਤਲਬ ਜਿਹੜੀਆਂ ਮੰਗਾਂ ਘਰ ਦੇ ਵਿੱਚ ਲੋੜ ਹੈ ਉਹ ਸਾਰੀਆਂ ਮੰਗ ਲਈਆਂ ਅਤੇ ਸਾਰੀਆਂ ਦੇ ਉਹਦੇ ਭਗਵਾਨ ਨੇ ਪੈਦਾ ਕਰਤੀਆਂ। ਇਹ ਤਾਂ ਹੈ ਬ੍ਰਾਹਮਣਵਾਦ ਦੀ ਉਹ ਸੂਖਮਤਾਈ ਬਈ ਪੱਥਰਾਂ ਦੇ ਵਿੱਚੋਂ ਐਵੇਂ ਨਾ ਕਹੋ ਵੀ ਅਸੀਂ ਪੱਥਰਾਂ ਮੂਹਰੇ ਬੈਠੇ ਹਾਂ, ਪੱਥਰਾਂ ਦੇ ਵਿੱਚੋਂ ਰੱਬ ਪੈਦਾ ਹੁੰਦਾ। ਭਾਵੇਂ ਇਹਦੀ ਵਿਚਾਰਧਾਰਾ ਕੁਛ ਕਹੀ ਜਾਵੇ ਧਨੇ ਦੀ, ਪਰ ਧਨੇ ਦੀ ਵਿਚਾਰਧਾਰਾ ਦੇ ਉਲਟ ਇਹਦੇ ਪੱਥਰ ਦੇ ਵਿੱਚੋਂ ਰੱਬ ਜੇ ਪੈਦਾ ਹੋਇਆ ਤਾਂ ਮੈਂ ਗੁਰੂ ਸੀ ਇਹਦਾ, ਮੈਨੂੰ ਇਹਨੇ ਗੁਰੂ ਮੰਨਿਆ, ਇਹ ਮੇਰੇ ਚਰਨਾਂ 'ਚ ਬੈਠਾ, ਇਹ ਮਤਲਬ ਮੇਰੇ ਕਰਕੇ ਇਹਨੂੰ ਰੱਬ ਮਿਲਿਆ। ਨਾਲੇ ਹਾਲਾਂਕਿ ਇਹ ਵੀ ਗੱਲ ਉਹਦੇ 'ਚ ਸਾਖੀ 'ਚ ਦਰਜ ਹੈ ਵੀ ਇਹ 600 ਸਾਲ ਪੁਰਾਣੀ ਭਗਤੀ ਕਰਕੇ ਮਿਲਿਆ। ਵੀ ਜੇ 600 ਸਾਲ ਪੁਰਾਣੀ ਭਗਤੀ ਕਰਕੇ ਮਿਲਿਆ ਅਤੇ ਫਿਰ ਬ੍ਰਾਹਮਣ ਦੇ ਰਾਹੀਂ ਗੁਰੂ ਬਣ ਕੇ ਤਾਂ ਸਾਰਾ ਕੁਛ ਆਉਣਾ। ਉਹ ਬ੍ਰਾਹਮਣ ਦੀ ਸਿਰਜਣਾ ਨਹੀਂ ਦੱਸਦੀ ਵੀ ਇਹ ਸਿਰਜਿਆ ਸਾਰਾ ਕੁਛ ਬ੍ਰਾਹਮਣ ਨੇ, ਵੀ ਸਾਡੇ ਰਾਹੀਂ ਸਾਰਾ ਕੁਛ ਇਹ ਆਏ ਹੋਇਆ। ਹੁਣ ਤੂੰ ਲਾ ਲਓ, ਹੁਣ ਤੁਸੀਂ ਲਾ ਲਓ ਚਿੱਟੀਆਂ ਵਰਦੀਆਂ ਵਾਲੀਆਂ ਦਾ ਇਹਦੇ ਨਾਲ ਜੁੜਦਾ ਇੱਕ ਇੱਕ ਤਾਂ ਉਹ ਤਾਂ ਤਿਲਕ ਵਾਲਾ ਬ੍ਰਾਹਮਣ ਸੀ ਨਾ, ਅੱਜ ਵਾਲੇ ਚਿੱਟੀਆਂ ਵਰਦੀਆਂ ਵਾਲੇ ਦੀ ਮੈਂ ਸੁਣਾ ਦਿੰਦਾ। ਇੱਕ ਜਗਰਾਓਂ ਕੋਲ ਬਹੁਤ ਵੱਡਾ ਡੇਰਾ, ਉਸ ਡੇਰੇ ਦਾ ਮੁਖੀ ਹੈ ਜਿਹੜਾ, ਉਹਦੇ ਨਾਲ ਬਹੁਤ ਸਾਰੀਆਂ ਸਾਖੀਆਂ ਇਹੋ ਜਿਹੀਆਂ ਜੁੜੀਆਂ ਹੋਈਆਂ। ਉਹਦੇ ਨਾਲ ਇੱਕ ਹੋਰ ਸੰਤ, ਦੋ ਸੰਤ ਇਕੱਠੇ ਬੈਠੇ ਵਿਚਾਰਾਂ ਕਰਦੇ। ਉਹ ਵਿਚਾਰਾਂ ਕਰਦੇ ਕਰਦੇ ਕਹਿੰਦੇ ਆਂਦੇ ਯਾਰ, ਉਹ ਜਿਹੜਾ ਮੇਨ ਸੰਤ ਆ ਉਸ ਡੇਰੇ ਦਾ, ਉਹਨੂੰ ਦੂਜਾ ਕਹਿੰਦਾ, ਕਹਿੰਦਾ ਆਪਣਾ ਯਾਰ ਘਰ ਘਰ ਛੱਡੇ ਦਾ ਕੀ ਫਾਇਦਾ ਹੋਇਆ, ਕੋਈ ਫਾਇਦਾ ਨਹੀਂ। ਆਪਾਂ ਰੱਬ ਦੇ ਦਰਸ਼ਨ ਕਰਨ ਆਏ ਸੀ, ਰੱਬ ਦੇ ਦਰਸ਼ਨ ਆਪਾਂ ਨੂੰ ਹੁਣ ਤੱਕ ਨਹੀਂ ਹੋਏ, ਧੰਨੇ ਨੇ ਕਰ ਲਏ ਅਤੇ ਆਪਾਂ ਨਹੀਂ ਕਰ ਸਕਦੇ। ਉਹ ਕਹਿੰਦਾ ਵੀ ਹੱਠ ਕਰਨਾ ਪਊਗਾ, ਉਹੋ ਜਿਹਾ ਜਿਵੇਂ ਉਹਨੇ ਕੀਤਾ ਸੀ ਉਵੇਂ ਕਰਨਾ ਪਊਗਾ ਅਤੇ ਆਪਾਂ ਕਰ ਲੈਂਦੇ ਦਰਸ਼ਨ। ਉਹ ਕਹਿੰਦੇ ਫਿਰ, ਕਹਿੰਦਾ ਵੀ ਅੱਜ ਫਿਰ ਪ੍ਰਸ਼ਾਦਾ ਆਪਾਂ ਛਕਾਉਣ ਲੱਗ ਜਾਂਦੇ, ਜਿੰਨਾ ਚਿਰ ਭਗਵਾਨ ਨਹੀਂ ਖਾਂਦਾ ਉਹਨਾਂ ਚਿਰ ਆਪਾਂ ਖਾਣਾ ਹੀ ਨਹੀਂ। ਉਹ ਕਹਿੰਦੇ ਵੀ ਠੀਕ ਆ, ਉਹਨਾਂ ਨੇ ਭਾਈ ਥਾਲ ਤਿਆਰ ਕਰ ਲਿਆ, ਥਾਲ ਤਿਆਰ ਕਰਕੇ ਦੋਹਾਂ ਜਾਣਿਆਂ ਨੇ, ਦੋਵੇਂ ਜਾਣੇ ਥਾਲ ਮੂਹਰੇ ਲੈ ਕੇ ਖੜ੍ਹੇ ਹੋ ਗਏ। ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ, ਉਹਦੇ ਮੂਹਰੇ ਥਾਲ ਲੈ ਕੇ ਖੜ੍ਹੇ ਹੋ ਗਏ ਵੀ ਜਿੰਨਾ ਚਿਰ ਤੁਸੀਂ ਆਪ ਨਹੀਂ ਨਾ ਖਾਂਦੇ ਅਸੀਂ ਨਹੀਂ ਖਾਣਾ। ਜਾਣੀ ਤੁਸੀਂ ਸਾਹਿਬ ਪਹਿਲੇ ਦਿਨ ਪ੍ਰਸ਼ਾਦਾ ਨਾ ਖਾਧਾ, ਹੋਰ ਬਣਾ ਲਿਆ, ਧੰਨਾ ਤਾਂ ਹੋਰ ਬਣਾ ਕੇ ਨਾ ਲਿਆ, ਇਹ ਕਹਿੰਦੇ ਹੋਰ ਬਣਾ ਲਿਆ, ਹੋਰ ਬਣਾ ਲਿਆ, ਦੂਜੇ ਦਿਨ ਹੋਰ ਬਣਾ ਲਿਆ, ਤੀਜੇ ਦਿਨ ਹੋਰ ਬਣਾ ਲਿਆ, ਚੌਥੇ ਦਿਨ ਹੋਰ ਬਣਾ, ਪੰਜਵੇਂ ਦਿਨ ਆਖਰ ਜਿਹੜਾ ਮੇਨ ਉਸ ਡੇਰੇ ਦਾ ਮੁਖੀ ਸੀ ਉਹ ਤਾਂ ਖੜ੍ਹਾ ਰਿਹਾ, ਜਿਹੜਾ ਉਹਦੇ ਨਾਲ ਦਾ ਸੀ ਉਹ ਡਿੱਗ ਪਿਆ, ਕਿਉਂਕਿ ਪੰਜ ਦਿਨ ਸਰੀਰ ਕਮਜ਼ੋਰ ਹੋ ਗਿਆ। ਜਦੋਂ ਪੰਜਵੇਂ ਦਿਨ ਉਹ ਡਿੱਗਿਆ ਅਤੇ ਛੇਵੇਂ ਦਿਨ ਇਹ ਇਕੱਲਾ ਬਣਾ ਕੇ ਲਿਆਇਆ ਫਿਰ ਸਭ ਰਾਸਣ, ਵੀ ਉਹ ਤਾਂ ਬੰਦਾ ਹੁਣ ਬਿਮਾਰ ਹੋ ਗਿਆ ਬਣਾ ਨਹੀਂ ਸਕਦਾ, ਮੈਂ ਬਣਾ ਕੇ ਲਿਆਉਣਾ, ਆਪ ਬਣਾ ਕੇ ਲਿਆਇਆ ਅਤੇ ਆ ਉਵੇਂ ਥਾਲ ਖੜ੍ਹੇ ਖੜ੍ਹੇ, ਉਹ ਵੀ ਥਾਲ ਉਹਨੇ ਥੱਲੇ ਰੱਖਤਾ ਅਤੇ ਉਹ ਵੀ ਡਿੱਗ ਪਿਆ। ਜਦੋਂ ਡਿੱਗਿਆ, ਜਦੋਂ ਮਾੜਾ ਡਿੱਗ ਕੇ ਸੁਰਤ ਜੀ ਆਈ ਅਤੇ ਜਦੋਂ ਵੇਖਿਆ ਤਾਂ ਜਿਹੜੇ ਰੁਮਾਲੇ ਸੀ ਉਹਨਾਂ ਦੇ ਕੱਪੜੇ ਬਣ ਗਏ ਅਤੇ ਗੁਰੂ ਨਾਨਕ ਦੇਵ ਜੀ ਉਸ ਪੀੜ੍ਹੇ ਦੇ ਉੱਤੇ ਬੈਠੇ ਆ ਜਿਹੜੇ 'ਤੇ ਉਹ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਸੀ। ਹੁਣ ਤੁਸੀਂ ਮੈਨੂੰ ਦੱਸੋ ਵੀ ਚਿੱਟੀਆਂ ਵਰਦੀਆਂ ਵਾਲੇ ਬ੍ਰਾਹਮਣਾਂ ਦਾ ਕੋਈ ਕਸਰ ਰਹਿ ਗਿਆ? ਇਹਨਾਂ ਨੇ ਵੀ ਸਾਖੀ ਉੱਥੇ ਜਾ ਕੇ ਜੋੜਤੀ ਨਾ, ਵੀ ਫਿਰ ਉਹਨਾਂ ਨੇ ਛੇਵੇਂ ਦਿਨ ਜੀ ਪ੍ਰਸ਼ਾਦਾ ਛਕਿਆ, ਫਿਰ ਆਹਦੇ ਮੰਗ ਹੁਣ ਜਿਹੜੀ ਮੰਗਣੀ ਹੈ, ਜਿਹੜਾ ਡਿੱਗਿਆ ਸੀ ਪਹਿਲਾਂ ਉਹਨੇ ਮੰਗ ਮੰਗੀ, ਕਹਿੰਦਾ ਜੀ ਮੈਨੂੰ ਤੁਸੀਂ ਜਿਵੇਂ ਅੱਜ ਦਰਸ਼ਨ ਦਿੱਤੇ ਆ ਨਾ, ਮੈਨੂੰ ਐਂ ਦਰਸ਼ਨ ਤੁਸੀਂ ਦਿਆ ਕਰੋ ਜਦੋਂ ਮੈਂ ਕੀਰਤਨ ਕਰਿਆ ਕਰਾਂ, ਕਿਉਂਕਿ ਉਹ ਕੀਰਤਨ ਕਰਦਾ ਸੀ। ਕਹਿੰਦੇ ਉਹਨੂੰ ਇਹ ਗੁਰੂ ਨਾਨਕ ਦੇਵ ਕਹਿੰਦੇ ਤੈਨੂੰ ਇਕੱਲੇ ਨੂੰ ਨਹੀਂ ਆਉਂਦੇ, ਜਿਹੜਾ ਤੇਰਾ ਕੀਰਤਨ ਧਿਆਨ ਨਾਲ ਸੁਣਨਗੇ ਉਹਨਾਂ ਨੂੰ ਵੀ ਦਰਸ਼ਨ ਹੋਇਆ ਕਰੂ। ਰੌਲਾ ਕੀ ਆ ਵੀ ਲਾਲਚ ਅਤੇ ਡਰ ਦਿਮਾਗ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਤੁਹਾਨੂੰ ਇਹਨਾਂ ਦੀ ਸੇਵਾ 'ਚ ਲਾਉਂਦੀਆਂ। ਸੁਰਗ ਦਾ ਉਹ ਲਾਲਚ ਦਿੰਦੇ ਆ ਵੀ ਤੁਹਾਨੂੰ ਉੱਥੇ ਜਾ ਕੇ ਐਂ ਹੋਊਗਾ, ਤੁਸੀਂ ਬਿਲਕੁਲ ਦੁੱਖ ਨਹੀਂ ਪਾਓਗੇ, ਤੁਹਾਡੇ ਵਾਸਤੇ ਇਹੋ ਜਿਹੀਆਂ ਮਤਲਬ ਸੇਵਾਦਾਰਨੀਆਂ ਹੋਣਗੀਆਂ, ਇਹੋ ਜਿਹਾ ਸਾਰਾ ਕੁਛ ਉਹ ਸੁਰਗ ਦੀ ਇੱਕ ਰਚਨਾ ਨਹੀਂ ਕਰਦੇ ਇਹ ਵੀ ਉੱਥੇ ਜਾ ਕੇ ਤੁਸੀਂ ਮੌਜ ਕਰਨੀ ਆ ਤਾਂ ਭਾਈ ਇੱਥੇ ਸਾਧਾਂ ਦੀ ਸੇਵਾ ਕਰੋ। ਜੇ ਤੁਸੀਂ ਸਾਧਾਂ ਦੀ ਸੇਵਾ ਨਹੀਂ ਕਰਦੇ ਫਿਰ ਤੁਹਾਡੇ ਵਾਸਤੇ ਹੋਰ ਨਰਕ ਪਿਆ। ਜਾਣੀ ਡਰ ਅਤੇ ਲਾਲਚ ਇਹ ਦੋਨਾਂ ਚੀਜ਼ਾਂ ਦੇ ਵਿੱਚੋਂ ਇਹ ਸਾਰੀਆਂ ਸਾਖੀਆਂ ਉਪਜਦੀਆਂ। ਉਹਨਾਂ ਸਾਖੀਆਂ ਦੇ ਉਪਜਣ ਦਾ ਇੱਕੋ ਹੀ ਮਤਲਬ ਹੈ, ਬ੍ਰਾਹਮਣ ਦਾ ਮਤਲਬ ਸੀ ਵੀ ਮੇਰੇ ਕੋਈ ਪੰਜਰੇ ਥੱਲੇ ਨਾ ਨਿਕਲ ਜੇ, ਮੇਰੇ ਚੁੰਗਲ 'ਚੋਂ ਨਾ ਨਿਕਲ ਜੇ, ਅਤੇ ਚਿੱਟੀ ਵਰਦੀਆਂ ਵਾਲਿਆਂ ਦਾ ਮਤਲਬ ਹੈ ਵੀ ਸਾਡੇ ਚੁੰਗਲ 'ਚੋਂ ਨਾ ਕੋਈ ਨਿਕਲ ਜੇ। ਇਹਨਾਂ ਦੋਨਾਂ ਦਾ ਮਕਸਦ ਇੱਕੋ ਹੈ, ਇਸ ਜਿਹੜੇ ਹੋਣ ਵਾਲੇ ਬ੍ਰਾਹਮਣ ਹੈ ਇਹ ਉਹਨਾਂ ਨਾਲੋਂ ਇਸ ਕਰਕੇ ਬਹੁਤੇ ਖਤਰਨਾਕ ਹੈ ਵੀ ਉਸ ਜਿਵੇਂ ਕਹਿ ਦਈਏ ਵੀ ਅੱਜ ਦੀਆਂ ਵਿਗਿਆਨ ਦੇ ਸਾਧਨਾਂ ਨੂੰ ਵਰਤ ਕੇ ਇਹਨਾਂ ਦੀ ਆਵਾਜ਼ ਟੈਲੀਵਿਜ਼ਨਾਂ ਰਾਹੀਂ ਦੇਸ਼ਾਂ ਵਿਦੇਸ਼ਾਂ ਤੱਕ ਜਾਂਦੀ ਹੈ। ਉਹਨਾਂ ਦੀ ਤਾਂ ਪਿੰਡ ਤੋਂ ਬਾਹਰ ਨਹੀਂ ਸੀ ਨਿਕਲਦੀ, ਉਹ ਤਾਂ ਤੁਰ ਫਿਰ ਕੇ ਪ੍ਰਚਾਰ ਕਰਦੇ ਸੀ। ਉਹ ਬ੍ਰਾਹਮਣ ਓਡੇ ਖਤਰਨਾਕ ਨਹੀਂ ਜਿੱਡੇ ਅੱਡਜੇ ਦੇ ਬ੍ਰਾਹਮਣ ਖਤਰਨਾਕ ਹੈ। ਫਿਰ ਅਸੀਂ ਕੀ ਕਰਦੇ ਹਾਂ ਵੀ ਜਦੋਂ ਅਖੰਡ ਪਾਠ ਪ੍ਰਕਾਸ਼ ਕਰਾਉਂਦੇ ਹਾਂ ਨਾ ਘਰੇ, ਅਖੰਡ ਪਾਠ ਪ੍ਰਕਾਸ਼, ਹੁਣ ਅਖੰਡ ਪਾਠ ਕੀ ਹੈ ਵੀ ਉਹ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨੂੰ ਬਿਨਾਂ ਰੁਕਿਆਂ ਪੜ੍ਹਨਾ, ਉਹਦੇ ਵਾਸਤੇ 48 ਘੰਟੇ ਦਾ ਸਮਾਂ ਲੱਗਦਾ ਪੜ੍ਹਨ 'ਤੇ।
ਸਵੇਰ ਵੇਲੇ 10 ਵਜੇ ਆਪਾਂ ਪ੍ਰਕਾਸ਼ ਕਰਦੇ ਹਾਂ, ਉਸ ਵੇਲੇ ਸ਼ਾਮ ਨੂੰ, ਦੂਜੇ ਦਿਨ ਸੁਬਾਹ, ਦੂਜੇ ਦਿਨ ਸ਼ਾਮ ਨੂੰ, ਅਤੇ ਪੰਜਵਾਂ ਟਾਈਮ ਹੁੰਦਾ ਸਾਡੇ ਕੋਲ ਭੋਗ ਵੇਲੇ ਉਹਦੀ ਵਿਚਾਰ ਸੁਣਨ ਦਾ। ਗੁਰੂ ਗ੍ਰੰਥ ਸਾਹਿਬ ਦੀ ਉਹ ਵਿਚਾਰ ਅਸੀਂ ਇਹਨਾਂ 5 ਟਾਈਮਾਂ 'ਤੇ ਸੁਣਦੇ ਹਾਂ, ਪਰ 5 ਟਾਈਮਾਂ 'ਤੇ ਚਿੱਟੀਆਂ ਵਰਦੀਆਂ ਵਾਲਾ ਲਾਣਾ ਕੀ ਕਰਦਾ? ਆਪਦੀਆਂ ਢੋਲਕੀਆਂ ਛੈਣੇ 'ਤੇ ਬਾਜੇ ਲੈ ਕੇ ਉਸ ਜਿਹੜਾ ਪੜ੍ਹਦਾ ਉਹਦੀ ਵਿਚਾਰਧਾਰਾ ਨੂੰ ਪੜ੍ਹਦਾ, ਉਹਦੇ ਕੋਲੋਂ ਚੱਕ ਕੇ ਮਾਈਕ ਆਪਦੀਆਂ ਢੋਲਕੀਆਂ ਅਤੇ ਛੈਣਿਆਂ ਕੋਲ ਲਿਆ ਕੇ ਰੱਖ ਲੈਂਦੇ। ਢੋਲਕੀਆਂ ਛੈਣਿਆਂ ਵਾਲੇ ਫਿਰ ਆਪਦੇ ਬਾਬਿਆਂ ਦੀਆਂ, ਆਪਦੇ ਡੇਰੇ ਦੀਆਂ, ਇਹੋ ਜਿਹੀਆਂ ਸਾਖੀਆਂ ਜਿਹੜੀ ਮੈਂ ਹੁਣ ਸੁਣਾ ਕੇ ਹਟਿਆ ਵੀ ਉਹ ਰੋਟੀ ਨਹੀਂ ਪ੍ਰਸ਼ਾਦਾ ਐਂ ਹੋਇਆ ਅਤੇ ਉਹ ਹੋਇਆ, ਇਹੋ ਜਿਹੀਆਂ ਸਾਖੀਆਂ ਸੁਣਾਉਂਦੇ ਆ। ਇਹਦੇ ਨਾਲ ਜੁੜੀ ਵੀ ਇੱਕ ਹੋਰ ਸਾਖੀ ਮੈਂ ਤਾਂ ਸੁਣਾਉਣ ਲੱਗਾ ਵਿੱਚ ਵੀ ਉਹ ਨਾ ਵਿਰੋਧ ਇਹਨਾਂ ਦਾ ਆਪਾ ਵਿਰੋਧ ਵੇਖੋ ਕਿੱਡਾ ਸਾਖੀਆਂ 'ਚ। ਆਖੇ ਦਿਆਲ ਸੀ ਇੱਕ, ਰੋਟੀ ਲੈ ਕੇ ਆਉਂਦਾ ਹੁੰਦਾ ਸੀ ਰੋਜ਼ ਉਹਨਾਂ ਮਹਾਂਪੁਰਸ਼ਾਂ ਦੀ ਜਿਹੜਾ ਵੱਡੇ ਡੇਰੇ ਵਾਲੇ ਇੱਥੋਂ ਵਾਲੇ ਜਗਰਾਓਂ ਦੇ ਕੋਲ ਨੇ, ਉਹਦੀ ਲੈ ਕੇ ਆਉਂਦਾ ਕੋਈ ਬੰਦਾ ਰੋਟੀ। ਉਹ ਜਦੋਂ ਰੋਟੀ ਲੈ ਕੇ ਆਉਂਦਾ ਤਾਂ ਇੱਕ ਦਿਨ ਉਹ ਜਦੋਂ ਭੋਗ ਲਾਉਣ ਲੱਗੇ ਨਾ ਅੰਦਰ, ਅਤੇ ਰੋਟੀ ਅਖੇ ਖਾਧੀ ਨਾ ਗੁਰੂ ਨਾਨਕ ਦੇਵ ਨੇ। ਪਹਿਲਾਂ ਗੁਰੂ ਨਾਨਕ ਦੇਵ ਖਾਂਦੇ ਸੀ ਨਾ, ਇਹਦਾ ਮਤਲਬ ਰੋਜ਼ ਖਾਂਦੇ ਸੀ, ਪਹਿਲਾਂ ਤਾਂ 5 ਦਿਨ ਵਾਸਤੇ ਖੜ੍ਹੇ ਰਹਿੰਦੇ ਆ। ਇੱਕ ਇਹਨਾਂ ਦਾ ਸਾਖੀਕਾਰ ਕਹਿੰਦਾ ਵੀ ਉਹ ਕੁਛ ਖਾਂਦੇ ਹੀ ਨਹੀਂ ਸੀ, ਇਕੱਲੀ ਹਵਾ ਲੈਂਦੇ ਸੀ। ਇੰਨਾ ਸਾਖੀਆਂ ਦਾ ਵਿਰੋਧ ਆ ਭਵਿੱਚ ਹੀ। ਇੱਕ ਤਾਂ ਕਹਿੰਦਾ ਵੀ ਹਵਾ ਹੀ ਲੈਂਦੇ ਸੀ, ਕੁਛ ਨਹੀਂ ਸੀ ਖਾਂਦੇ, ਬਈ ਸਿਰਫ 5 ਬਦਾਮ ਉਹਨੇ ਦੱਸਿਆ ਵੀ 5 ਬਦਾਮ ਸਿਰਫ ਰੋਜ਼ ਦੇ ਖਾਂਦੇ ਸੀ, ਕੋਈ ਚੀਜ਼ ਉਹ ਖਾਂਦੇ ਨਹੀਂ ਸੀ। ਦੂਜਾ ਸਾਖੀਕਾਰ ਕਹਿੰਦਾ ਵੀ ਉਹ ਦਿਆਲ ਆ ਜਿਹੜਾ ਉਹ ਰੋਜ਼ ਰੋਟੀ ਲੈ ਕੇ ਆਉਂਦਾ, ਰੋਟੀ ਗੁਰੂ ਨਾਨਕ ਦੇਵ ਨੇ ਖਾਧੀ ਨਾ, ਅਤੇ ਦਵਾ ਉਹ ਹੁਕਮ ਇਹ ਸੀ ਵੀ ਜਿੰਨਾ ਚਿਰ ਪ੍ਰਸ਼ਾਦੇ ਦਾ ਭੋਗ ਨਹੀਂ ਲੱਗਦਾ ਬੰਦੇ ਨੇ ਬਾਹਰ ਲੈਣੇ ਜਾਣਾ ਨਹੀਂ। ਉਹ ਬਾਹਰ ਬੈਠਾ ਡੀਕਦਾ ਵੀ ਕੀ ਗੱਲ ਹੋ ਗਈ ਵੀ ਅੰਦਰੋਂ ਨਿਕਲੇ ਨਹੀਂ ਬੰਦਾ। ਜਦੋਂ ਅੰਦਰੋਂ ਬੰਦਾ ਨਿਕਲਿਆ ਅਤੇ ਉਹ ਮਤਲਬ ਜਿਹੜਾ ਸੰਤ ਸੀ ਭੋਗ ਲਵਾ ਕੇ ਨਿਕਲਿਆ, ਅਤੇ ਉਹ ਕਹਿੰਦਾ ਵੀ ਰੋਟੀ ਅੱਜ ਤੇਰੀ ਭਾਈ ਖਾਧੀ? ਉਹ ਕਹਿੰਦਾ ਜੀ ਕੀ ਗੱਲ, ਆਹਦਾ ਤਾਂ ਜੂਠੀ ਸੀ। ਉਹ ਕਹਿੰਦਾ ਜੀ ਮੈਂ ਤਾਂ ਜੂਠੀ ਕੀਤੀ ਨਹੀਂ ਰੋਟੀ। ਉਹ ਨਾ ਉਹਦੇ ਦੱਸ ਯਾਦ ਕਰ ਤੂੰ। ਉਹ ਕਹਿੰਦਾ ਜੀ ਹਾਂ ਮੈਂ ਸਬਜ਼ੀ ਦਾ ਸਵਾਦ ਅਖੇ ਜ਼ਰੂਰ ਵੇਖਿਆ ਵੀ ਸਬਜ਼ੀ ਦਾ ਸਵਾਦ ਤਾਂ ਆਪਾਂ ਵੇਖ ਲਈ। ਉਹ ਕਹਿੰਦਾ ਜੂਠ ਕੋਈ ਹੋ ਗਈ, ਹੋਰ ਕੀ ਹੋ ਗਿਆ? ਇੱਕ ਪਾਸੇ ਤਾਂ ਕਹਿੰਦਾ ਉਹਨਾਂ ਦਾ ਲਾਣਾ ਬ੍ਰਾਹਮਣ ਵਾਲੇ ਤਿਲਕ ਵਾਲੇ ਬ੍ਰਾਹਮਣਾਂ ਦਾ ਲਾਣਾ ਤਾਂ ਕਹਿੰਦਾ ਵੀ ਭੀਲਣੀ ਦੇ ਬੇਰ, ਭੀਲਣੀ ਜੂਠੀ ਕਰਕੇ ਦਿੰਦੀ ਆ ਰਾਮ ਨੂੰ, ਰਾਮ ਖਾ ਲੈਂਦਾ, ਜਿਹੜਾ ਬੇਰ ਕੌੜਾ ਉਹਨੂੰ ਸਿੱਟ ਦਿੰਦੀ ਆ, ਪਹਿਲਾਂ ਉਹ ਮਿਠਾਸ ਵੇਖਦੀ ਆ ਅਤੇ ਰਾਮ ਉਹ ਖਾ ਲੈਂਦਾ ਅਤੇ ਲਛਮਣ ਉਹ ਤੋਂ ਪਾਸਾ ਵੱਟ ਜਾਂਦਾ ਵੀ ਇਹ ਆਹ ਬੁੜੀ ਲਿਬੜੀ ਜੀ ਬੁੜੀ ਆ ਜਿਹਦੇ ਬੇਰ ਖਾਈ ਜਾਂਦਾ ਰਾਮ। ਇੱਕ ਪਾਸੇ ਤਾਂ ਉਹ ਸਿੱਖਿਆ ਦਿੰਦੇ ਆ, ਅਤੇ ਸਾਡੇ ਵਾਲੇ ਬਾਹਮਣ ਕਹਿੰਦੇ ਚਿੱਟੀਆਂ ਵਰਦੀਆਂ ਵਾਲੇ, ਇਹ ਕਹਿੰਦੇ ਵੀ ਉਹ ਜੂਠਾ ਕਰਕੇ ਉਹਨੇ ਬਾਬੇ ਨਾਨਕ ਨੇ ਖਾਧਾ ਨਹੀਂ। ਉਹ ਬਾਬਾ ਨਾਨਕ ਤਾਂ ਪਤੰਦਰ, ਉਹ ਜਿਹੜੇ ਤੁਸੀਂ ਪੂੜਿਆਂ 'ਚੋਂ ਲਹੂ ਅਤੇ ਦੁੱਧ ਕਹਿੰਦੇ ਚੋਇਆ, ਉਹਦਾ ਤਾਂ ਫਲਸਫਾ ਨਾਲ ਉਹਦੇ ਮੇਚ ਕੇ ਵੇਖ ਲਓ ਪਹਿਲਾਂ ਵੀ ਬਾਬਾ ਨਾਨਕ ਗੱਲ ਤਾਂ ਕਿਰਤ ਦੀ ਕਰਦਾ, ਉਹ ਕਿਰਤ ਵਾਲਾ ਲਿਬੜਿਆ ਵੀ ਹੋਊਗਾ, ਕਿਰਤ ਵਾਲਾ ਸਾਰਾ ਕੁਛ ਹੋਊਗਾ, ਕਿਰਤ ਕੋਲ ਬਾਕੀ ਤੁਸੀਂ ਵੇਖੋ ਵੀ ਹੁਣ ਨੂੰ ਇਕੱਲੀ ਰੋਟੀ 'ਚ ਇਕੱਲੀ ਸਬਜ਼ੀ ਕੋਈ ਪੈਂਦੀ ਆ, ਲੂਣ ਮਿਰਚ ਵੀ ਆ ਉਹਦੇ 'ਚ ਪਿਆ, ਉਹਦੇ 'ਚ ਘਿਓ ਵੀ ਪਿਆ, ਉਹਦੇ 'ਚ ਪਾਣੀ ਵੀ ਪਿਆ, ਉਹਦੇ 'ਚ ਹੋਰ ਕਿੰਨੀਆਂ ਚੀਜ਼ਾਂ ਪਈਆਂ, ਕਿੰਨੀ ਕੁ ਸੁੱਚਮ ਰੱਖ ਲਓਗੇ ਤੁਸੀਂ, ਕਿੰਨੀ ਕੁ ਸੁੱਚਮ ਰੱਖ ਲਾਂਗੇ ਆਪਾਂ? ਮਤਲਬ ਕੀ ਹੈ ਵੀ ਚਿੱਟੀਆਂ ਵਰਦੀਆਂ ਵਾਲਿਆਂ ਨੇ ਉਹਨਾਂ ਸਾਖੀਆਂ ਨੂੰ ਨਾਲ ਜੋੜ ਕੇ ਉਸ 5 ਟਾਈਮਾਂ 'ਤੇ ਜਿਹੜੇ ਟਾਈਮ ਉਸ ਵਿਚਾਰਧਾਰਾ ਨੂੰ ਸੁਣਨਾ ਸੀ ਉਦੋਂ ਆਪਦੇ ਬਾਬਿਆਂ ਦੀਆਂ ਸਾਖੀਆਂ ਸੁਣਾਤੀਆਂ, ਅਤੇ ਉਸ ਵਿਚਾਰਧਾਰਾ ਦਾ ਇੱਕ ਅੱਖਰ ਵੀ ਕੰਨ 'ਚ ਨਹੀਂ ਪੈਣ ਦਿੱਤਾ ਜਿਹੜੀ ਕਿਰਤ ਦੀ ਗੱਲ ਕਰਦੀ ਹੈ। ਉਸ ਵਿਚਾਰਧਾਰਾ ਨੂੰ ਸੁਣਾਇਆ ਜਿਹੜੀ ਕਹਿੰਦੀ ਵੀ ਵਿਹਲੇ ਦੀ ਸੇਵਾ ਕਰੋ, ਵਿਹਲੇ ਵਾਸਤੇ ਤੁਸੀਂ ਰੋਟੀ ਲਿਆਓ, ਜੂਠੀ ਵੀ ਨਹੀਂ ਕਰਨੀ, ਲਿਆਉਣੀ ਵੀ ਸੁੱਚੀ ਹੈ, ਲਿਆਉਣੀ ਵੀ ਆਉਣ ਲੱਗ ਵਧੀਆ ਚੀਜ਼ਾਂ ਆਉਣ ਲੱਗ, ਕੱਪੜਾ ਲਿਆਉਣਾ ਵਧੀਆ, ਕੱਪੜੇ ਲਿਆਉਣੇ ਆ ਵਧੀਆ, ਚੀਜ਼ਾਂ ਲਿਆਉਣੀਆਂ ਵਧੀਆ, ਵਸਤਰ ਲਿਆਉਣੇ ਆ ਵਧੀਆ, ਫਲ ਲਿਆਉਣੇ। ਬਣ ਗਈ ਗੱਲ? ਬਸ ਇੱਥੇ ਨਿਸ਼ਾਨਾ ਸੀ ਉਹਨਾਂ ਬਾਹਮਣਾਂ ਦਾ ਵੀ ਅਤੇ ਇਹਨਾਂ ਬਾਹਮਣਾਂ ਦਾ ਵੀ, ਲਕਾਈ ਨੂੰ ਆਪਦੀ ਸੇਵਾ 'ਚ ਕਿਵੇਂ ਲਾਉਣਾ ਅਤੇ ਉਹਨਾਂ ਨੂੰ ਗੁੰਮਰਾਹ ਕਿਵੇਂ ਕਰਨਾ। ਅੱਛਾ, ਅਤੇ ਮੈਂ ਇੱਕ ਚਾਹੁੰਦਾ ਕਿ ਭਗਤ ਬੇਣੀ ਬਾਰੇ ਵੀ ਜ਼ਰੂਰ ਗੱਲਬਾਤ ਕਰੀਏ, ਉਹਨਾਂ ਦੀ ਸਾਖੀ ਕੀ ਹੈ ਅਤੇ ਕਿਵੇਂ ਵਿਗਿਆਨਕ ਜੇ ਆਪਾਂ ਤੱਕੜੀਏ ਤੋਲੀਏ ਤਾਂ ਕੀ ਨਿਕਲਦਾ, ਕੀ ਤੁਹਾਨੂੰ? ਭਗਤ ਬੇਣੀ ਅਸਲ 'ਚ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ। ਹੁਣ ਆਪਾਂ ਉਹ ਸੀਗਾ ਜੱਟਾਂ ਦੇ ਘਰ ਦਾ ਜਨਮ, ਮਤਲਬ ਇੱਥੇ ਆਪਾਂ ਨੂੰ ਸਿਰਫ ਤਾਂ ਜਾਤ ਪਾਤ ਦੱਸਣੀ ਪੈਣੀ, ਦਰਸ਼ਕਾਂ ਨੂੰ ਮੈਂ ਸੰਬੋਧਨ ਕਰਕੇ ਦੱਸਦਿਆਂ ਵੀ ਸਾਨੂੰ ਜਾਤ ਪਾਤ ਦਾ ਨਾਂ ਤਾਂ ਲੈਣਾ ਪੈਣਾ ਹੈ ਕਿਉਂਕਿ ਇਹ ਜਿਹੜੀ ਭਗਤਾਂ ਦੀਆਂ ਸਾਖੀਆਂ ਜਾਂ ਦੂਜੀਆਂ ਇਹਨਾਂ ਦੇ ਵਿੱਚ ਉਹ ਸਾਰਾ ਕੁਛ ਲਿਖਿਆ ਹੋਇਆ ਵੀ ਹੈ। ਅਤੇ ਬਾਕੀ ਪਹਿਲਾਂ ਜਦੋਂ ਦੀਆਂ ਸਾਖੀਆਂ ਰਚੀਆਂ ਉਦੋਂ ਜਾਤ ਪਾਤ ਦਾ ਬੜਾ ਬੋਲਬਾਲਾ ਹੋਣ ਕਰਕੇ ਉਸ ਜਾਤ ਪਾਤਾਂ ਦੀ ਉਦੋਂ ਮਹਾਨਤਾ ਵੀ ਹੈ ਉਹਨਾਂ ਸਾਖੀਆਂ ਦੇ ਵਿੱਚ। ਇਹ ਪਰਚੀਆਂ ਰਾਹੀਂ ਆਇਆ ਵਸਲ ਭਗਤਾਂ ਦਾ ਜਿਹੜਾ ਨਾ ਪ੍ਰੀਚਾ ਹੁੰਦਾ ਕਿਸੇ ਬਾਰੇ ਕੋਈ ਆਪਾਂ ਚੀਜ਼ ਦੱਸਣੀ, ਪਰਚੀਆਂ ਇਹਨੂੰ ਕਹਿੰਦੇ ਆ, ਮਤਲਬ ਭਗਤਾਂ ਦੀਆਂ ਪਰਚੀਆਂ ਰਾਹੀਂ ਆਇਆ ਵਾ ਇਹ ਸਾਰਾ ਗਿਆਨ ਆ ਜਿਹੜਾ ਸਾਡੇ ਕੋਲ ਜਿਹੜਾ ਪਹੁੰਚਿਆ, ਜਿਹੜੀਆਂ ਬਾਹਮਣ ਨੇ ਰਚੀਆਂ ਸਾਰੀਆਂ ਪਰਚੀਆਂ ਆ ਸਰ। ਅਤੇ ਇਹ ਹੁਣ ਆਪਾਂ ਭਗਤ ਬੇਣੀ ਦੀ ਗੱਲ ਕਰਦੇ, ਭਗਤ ਬੇਣੀ ਕੀ ਸੀ? ਪੰਡਤਾਂ ਦੇ ਘਰ ਦਾ ਜਨਮ, ਕਥਾ ਵਿਚਾਰ ਕਰਦਾ ਲੋਕਾਂ ਦੇ ਘਰਾਂ 'ਚ, ਰੋਟੀ ਖਾਂਦਾ ਪਰ ਹੈ ਗਰੀਬ, ਕਥਾ ਵਿਚਾਰ ਨਾਲ ਵੇਲਾ ਪੂਰਾ ਨਹੀਂ ਹੁੰਦਾ।
ਜਦੋਂ ਵੇਲਾ ਪੂਰਾ ਨਹੀਂ ਹੁੰਦਾ ਤੇ ਉਹਦੇ ਘਰ ਵਾਲੀ ਲੜਦੀ ਆ ਉਹਦੇ ਨਾਲ, ਬਈ ਤੂੰ ਚੰਗਾ ਬੰਦਾ, ਸਾਨੂੰ ਭੁੱਖੇ ਮਾਰਤਾ, ਦੋ ਤਿੰਨ ਜਵਾਕ ਆ, ਪਿਓ ਤੇਰਾ ਹੈ ਨਹੀਂ ਗਾ, ਇੱਕ ਮਾਂ ਇੱਕ ਮੈਂ ਆ, ਦੋ ਜਵਾਕ ਆ ਤਿੰਨ, ਤੇ ਅਸੀਂ ਤੇਰੇ 'ਤੇ ਨਿਰਭਰ ਹਾਂ, ਅਸੀਂ ਤਾਂ ਰੋਜ਼ ਭੁੱਖੇ ਮਰਦੇ ਹਾਂ, ਦੋ ਦੋ ਤਿੰਨ ਤਿੰਨ ਡੰਗ, ਅਸੀਂ ਰੋਟੀ ਨਹੀਂ ਬਣਦੀ ਸਾਡੀ। ਉਹਨੇ ਕਿਹਾ ਵੀ ਬੜਾ ਕੰਮ ਖਰਾਬ ਆ, ਵੀ ਮੈਂ ਅਸਲ 'ਚ, ਫਿਰ ਉਹਦੇ ਦਿਮਾਗ 'ਚ ਕੀ ਆ ਵੀ ਮੈਂ ਤਾਂ ਬਾਹਮਣ ਹੈ, ਵੀ ਮੈਂ ਪਹਿਲਾਂ ਰੱਬ ਨੂੰ ਪਾਵਾਂ, ਮੇਰਾ ਕੰਮ ਇਹ ਹੈ ਵੀ ਪਹਿਲਾਂ ਰੱਬ ਨੂੰ ਪਾਈਏ ਅਤੇ ਮਗਰੋਂ ਆਪਾਂ ਮਤਲਬ ਜਿਹੜਾ ਸਮਾਜ ਆ ਜਾਗਤ ਆ ਇਹ ਤਾਂ ਬਾਅਦ 'ਚ ਆ, ਪਹਿਲਾਂ ਆਪਾਂ ਰੱਬ ਨੂੰ ਪਾਉਂਦੇ। ਮਤਲਬ ਉਹ ਕੀ ਕਿਹਾ ਭਾਈ, ਇੱਕ ਜੰਗਲ 'ਚ ਚਲਿਆ ਗਿਆ, ਜੰਗਲ 'ਚ ਜਾ ਕੇ ਝੌਂਕੜਾ ਮਾਰ ਕੇ ਬਹਿ ਗਿਆ। ਆਹਦਾ ਲੈ ਵੀ ਜਿੰਨਾ ਚਿਰ ਹੁਣ ਤੂੰ ਦਰਸ਼ਨ ਨਹੀਂ ਨਾ ਦਿੰਦਾ ਉਨਾ ਚਿਰ ਆਪਾਂ ਨਹੀਂ ਇੱਥੋਂ ਹਿਲਦੇ, ਕਿਉਂਕਿ ਹੋਰ ਪੰਡਤਾਂ ਨੇ ਸਾਰਿਆਂ ਨੇ ਦੱਸਤਾ ਭੁੱਖਾ ਤੂੰ ਤਾਂ ਮਰਦਾ, ਤੂੰ ਪੂਜਾ ਹੀ ਨਹੀਂ ਕਰਦਾ ਸਹੀ, ਅਸੀਂ ਰੱਜ ਕੇ ਖਾਂਦੇ, ਅਸੀਂ ਪੂਜਾ ਕਰਦੇ, ਤੂੰ ਪੂਜਾ ਨਹੀਂ ਕਰਦਾ। ਉਹ ਮਾੜਾ ਮੋਟਾ ਕਿਉਂਕਿ ਕਥਾ ਕੁਥਾ ਸੁਣਾਉਂਦਾ ਸੀ, ਉਹ ਤਾਂ ਪੂਜਾ ਉਹ ਕਿਹੜਾ ਕੰਮ ਕਰਦਾ ਸੀ, ਪਰ ਉਹਨੂੰ ਉਹਦੇ ਨਾਲ ਵੀ ਤੋੜਨ ਨੂੰ ਫਿਰਦੇ ਆ ਵੀ ਤੂੰ ਸਾਡੇ ਵਾਲੇ ਕੰਮ 'ਤੇ ਆ ਜਾ, ਤੇਰੇ ਆਪੇ ਘਰ ਆਊਗਾ, ਫਿਕਰ ਨਾ ਕਰ, ਤੂੰ ਸਮਝਾਤਾ। ਜਦੋਂ ਭਾਈ ਹੁਣ ਬੇਣੀ ਦੀ ਸਾਖੀ ਜਿਹੜੀ ਪੰਡਤਾਂ ਦੁਆਰਾ ਲਿਖੀ ਆ, ਉਹ ਜਿਹੜੀ ਉਹਦੀ ਵਿਚਾਰਧਾਰਾ ਦਰਜ ਆ ਉਹਦੀ ਗੱਲ ਨਹੀਂ ਆ, ਪਰ ਉਹਦੀ ਤਾਂ ਵਿਚਾਰਧਾਰਾ ਤਾਂ ਪਈ ਆ ਉਹਦੇ 'ਚ, ਜਦੋਂ ਮਰਜ਼ੀ ਪੜ੍ਹੀ ਜਾ ਸਕਦੀ। ਪਹਿਲਾਂ ਆਪਾਂ ਸਾਖੀ ਦੀ ਗੱਲ ਕਰੀ। ਅੱਛਾ, ਉਹ ਬੇਣੀ ਭਾਈ ਜਾ ਕੇ ਜਦੋਂ ਜੰਗਲ 'ਚ ਬਹਿ ਗਿਆ, ਜੰਗਲ 'ਚ ਬਹਿ ਕੇ ਉਹ ਭਗਤੀ ਕਰਨ ਲੱਗ ਗਿਆ। ਜਦੋਂ ਭਗਤੀ ਕਰਨ ਲੱਗ ਗਿਆ ਤਾਂ ਪਹਿਲਾਂ ਉਹ ਘਰ ਆਇਆ ਕਰੇ, ਸ਼ਾਮ ਨੂੰ ਸਾਰਾ ਦਿਨ ਬੈਠਾ ਰਹਿਣਾ ਅਤੇ ਸ਼ਾਮ ਨੂੰ ਉਹਨੇ ਘਰ ਆਉਣਾ, ਸ਼ਾਮ ਨੂੰ ਖਾ ਕੇ ਰੋਟੀਆਂ ਰਾਟੀਆਂ ਫਿਰ ਜਾ ਵੜਨਾ। ਪਹਿਲੇ ਦਿਨ ਤਾਂ ਉਹਦੇ ਘਰ ਵਾਲੀ ਨੇ ਕੁਛ ਨਾ ਕਿਹਾ, ਦੂਜੇ ਦਿਨ ਉਹਦੇ ਘਰ ਵਾਲੀ ਲੜ ਪਈ, ਆ ਜੀ ਪੈਸਾ ਤੂੰ ਕੋਈ ਲਿਆਉਂਦਾ ਨਹੀਂ ਗਾ, ਅੱਗੇ ਤੱਕ ਦੋ ਚਾਰ ਰੁਪਈਏ ਲਿਆਉਂਦਾ ਸੀ ਕਥਾ ਸੁਣਾਉਂਦਾ ਸੀ ਜਦੋਂ, ਹੁਣ ਤੂੰ ਪਤਾ ਨਹੀਂ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ, ਸਾਨੂੰ ਕੀ ਪਤਾ, ਹੁਣ ਤੂੰ ਪੈਸਾ ਕੋਈ ਲਿਆਉਂਦਾ ਘਰ ਅਸੀਂ ਕਰੀਏ। ਉਹ ਕਹਿੰਦਾ ਉਹਨੇ ਬਹਾਨਾ ਲਾਤਾ ਕਿ ਮੈਂ ਨਾ ਰਾਜੇ ਦੇ ਕਥਾ ਕਰਦਾ, ਉਹਦੇ ਮੇਰਾ ਖੋਲਿਆ ਵਾ ਪਾਠ, ਜਿੱਦੇ ਪਾਠ ਦਾ ਭੋਗ ਪਊਗਾ ਨਾ ਅਤੇ ਉਹਦੇ ਆਪਾਂ ਨੂੰ ਰਸਦਾਂ ਸਾਰਾ ਕੁਛ ਉਹਦੇ ਮਿਲੂਗਾ। ਉਹ ਮਤਲਬ ਜੰਗਲ 'ਚ ਬੈਠਾ ਭਗਤੀ ਕਰੀ ਜਾਂਦਾ, ਦੋ ਤਿੰਨ ਦਿਨ ਤਾਂ ਘਰ ਆਉਂਦਾ ਰਿਹਾ, ਦੋ ਤਿੰਨ ਦਿਨ ਘਰ ਵਾਲੀ ਲੜਦੀ ਰਹੀ, ਮੁੜ ਕੇ ਘਰ ਵੀ ਆਉਣੋਂ ਹਟ ਗਿਆ, ਕਿਉਂਕਿ ਘਰ ਵਾਲੀ ਨੇ ਤਾਂ ਲੜਨਾ ਹੀ ਸੀ ਅਕਸਰ, ਉਹਦਾ ਵਿਚਾਰੀ ਦਾ ਇਉਂ ਸੀ ਵੀ ਘਰ ਰਾਸਣ ਆਵੇ ਤਾਂ ਚੱਲੇ। ਜਦੋਂ ਉੱਥੇ ਜੰਗਲ 'ਚ ਬਹਿ ਕੇ ਮੁੜ ਕੇ ਚੇਤਾ ਹੀ ਭੁੱਲ ਗਿਆ ਘਰ ਜਾਣ ਦਾ, ਉਹਦੇ ਲੈਵਲ ਲੱਗ ਗਈ ਲੰਮੀ, ਜਾਣੀ ਉੱਥੇ ਪਤਾ ਨਹੀਂ ਕਿੰਨਾ ਚਿਰ ਉਹ ਬੈਠਾ ਰਿਹਾ। ਚਿਰ ਬੈਠੇ ਤੋਂ ਬਾਅਦ ਉਹਨੂੰ ਫਿਕਰ ਹੋਇਆ ਮਤਲਬ ਭਗਵਾਨ ਨੂੰ ਵੀ ਭਗਤੀ ਮੇਰੀ ਕਰੀ ਜਾਂਦਾ, ਘਰੇ ਝੂਠ ਮਾਰੀ ਜਾਂਦਾ ਵੀ ਮੈਂ ਰਾਜੇ ਦੇ ਜਾਣਾ। ਆਹਦਾ ਵੀ ਨਾਲੇ ਤਾਂ ਹੋਊ ਰਾਜਾ ਬਦਨਾਮ, ਨਾਲੇ ਭਗਵਾਨ ਬਦਨਾਮ ਹੁੰਦਾ, ਦੋਨੇ ਚੀਜ਼ਾਂ ਬਦਨਾਮ ਹੁੰਦੀਆਂ ਇਹਦੇ 'ਚ, ਕਿਉਂਕਿ ਭਗਤੀ ਤਾਂ ਮੇਰੀ ਕਰੀ ਜਾਂਦਾ ਬੈਠਾ ਉਹ, ਅਤੇ ਘਰੇ ਰਾਜੇ ਦਾ ਝੂਠ ਬੋਲਦਾ। ਉਹ ਫਿਰ ਕੀ ਕੀਤਾ ਜੀ, ਜਿਹੜਾ ਭਗਵਾਨ ਸੀ ਉਹ ਰਾਜੇ ਦਾ ਰੂਪ ਧਾਰ ਕੇ ਨਾ ਉਹਨਾਂ ਦੇ ਘਰੇ ਆਉਂਦਾ, ਘਰੇ ਆ ਕੇ ਜਦੋਂ ਦਰਵਾਜ਼ਾ ਖੜਕਾਉਂਦਾ ਘਲਾਉਂਦਾ, ਅਤੇ ਉਹ ਕਹਿੰਦੇ ਜੀ ਹਾਂਜੀ, ਕਹਿੰਦੇ ਜੀ ਅਸੀਂ ਮੈਂ ਆ ਕੇ ਰਾਜਾ, ਅਤੇ ਬੇਣੀ ਆ ਕੇ ਮੇਰੇ ਕਰਦੇ ਆ ਕਥਾ ਵਿਚਾਰ, ਉੱਥੇ ਮੈਨੂੰ ਕਥਾ ਵਿਚਾਰ ਬੜੀ ਲੱਗਦੀ ਚੰਗੀ, ਮੈਂ ਨਹੀਂ ਉਹਨੂੰ ਦਿੰਦਾ ਆਉਣ, ਅਤੇ ਮੈਂ ਤੁਹਾਡੇ ਵਾਸਤੇ ਰਾਸਣ ਗੱਡੇ ਭਰ ਲਿਆ ਜੀ, ਆ ਕੇ ਰਾਸਣ ਦੇ ਗੱਡੇ ਲਿਆ ਕੇ ਪੰਡਤੇ ਉੱਥੇ। ਇੱਥੇ ਹੁਣ ਤੁਸੀਂ ਵੇਖੋ ਸੂਖਮਤਾਈ ਬਾਹਮਣ ਦੀ ਕੀ ਹੈ, ਵੀ ਬਾਹਮਣ ਭਾਵਾਂ ਡੱਕਾ ਨਾ ਕਰੇ, ਭਾਵਾਂ ਉਹ ਮਾਲਾ ਫੇਰੀ ਜਾਂਦਾ, ਭਾਵਾਂ ਉਹ ਕੁਛ ਕਰੀ ਜਾਂਦਾ, ਪਰ ਜੇ ਰਾਜਾ ਜਾਂ ਰੱਬ ਵੀ ਉਹਦੇ ਘਰ ਰਾਸਣ ਦਿੰਦਾ, ਤੁਸੀਂ ਕੌਣ ਆ ਜਿਹੜੇ ਰਾਸਣ ਨਹੀਂ ਦਿੰਦੇ ਵੀ ਉਹਨੂੰ, ਉਹਨੂੰ ਪਾਲੋ ਉਹਨਾਂ ਦੇ ਜਵਾਕਾਂ ਨੂੰ, ਤੁਸੀਂ ਪਾਲਣਾ ਪੈਣਾ ਤੁਹਾਨੂੰ। ਸੂਖਮਤਾਈ ਇਹ ਮਤਲਬ ਕੀ ਆ ਵੀ ਉਹਦੇ ਘਰ ਫਿਰ ਰਾਜਾ ਜਦੋਂ ਲੈ ਕੇ ਸਾਰਾ ਕੁਝ ਭਰ ਕੇ ਪਹੁੰਚ ਜਾਂਦਾ, ਅਤੇ ਉਹ ਮਗਰੋਂ ਰਾਜਾ ਰੂਪ ਧਾਰ ਕੇ ਕੋਈ ਬੰਦੇ ਦਾ ਧਾਰਿਆ ਵਾ ਜਿਹੜਾ, ਅਤੇ ਬੇਣੀ ਕੋਲ ਚਲਿਆ ਜਾਂਦਾ, ਬੇਣੀ ਨੂੰ ਕਹਿੰਦਾ ਵੀ ਮੈਂ ਐਂ ਕਰਕੇ ਆਇਆ ਸੀ ਅਤੇ ਅੱਜ ਦੱਸ ਹੁਣ ਕੀ ਚਾਹੀਦਾ ਤੈਨੂੰ। ਮਤਲਬ ਉਹਦੇ ਨਾਲ ਵਾਰਤਾਲਾਪ ਹੁੰਦਾ, ਜੋ ਵਾਰਤਾਲਾਪ ਹੁੰਦਾ ਅਤੇ ਉਹ ਕਹਿੰਦਾ ਜੀ ਬਸ ਠੀਕ ਆ, ਤੁਹਾਨੂੰ ਮਿਲਣਾ ਸੀ, ਤੁਹਾਨੂੰ ਮੈਂ ਪਾ ਲਿਆ, ਹੁਣ ਮੇਰੀ ਕੋਈ ਇੱਛਾ ਨਹੀਂ। ਉਹ ਜੋ ਘਰ ਆਉਂਦਾ ਅਤੇ ਘਰੇ ਭਾਈ ਭੱਜੇ ਫਿਰਦੇ ਸਾਰੇ, ਕਿਧਰੇ ਮੁਠਾ ਰਾਸਣ ਪਿਆ, ਕਿਧਰੇ ਕੁਛ ਪਿਆ, ਅਤੇ ਨਾਲੇ ਉਹ ਕਹਿ ਗਿਆ ਵੀ ਜਦੋਂ ਤੁਸੀਂ ਕਹੋਗੇ ਮੈਂ ਉਦੋਂ ਹੋਰ ਪਹੁੰਚਾ ਜਾ ਕਰੂੰ। ਮਤਲਬ ਕੀ ਆ ਵੀ ਤੁਹਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ, ਤੁਸੀਂ ਹੈ ਪੰਡਿਤ, ਤੁਸੀਂ ਚਿੱਟੇ ਪਾ ਲਓ ਕੱਪੜੇ, ਤੁਸੀਂ ਫੜ ਲਓ ਮਾਲਾ, ਤੁਸੀਂ ਲਾ ਲਓ ਤਿਲਕ, ਤੁਸੀਂ ਕੰਮ ਡੱਕਾ ਨਹੀਂ ਕਰਨਾ, ਤੁਹਾਡੇ ਘਰੇ ਤਾਂ ਭਗਵਾਨ ਵੀ ਰਾਸਣ ਦੇ ਕੇ ਜਾਊਗਾ, ਅਤੇ ਬੰਦੇ ਕੌਣ ਆ ਜਿਹੜੇ ਨਹੀਂ ਦਿੰਦੇ। ਸਮਝਾਇਆ ਆਪਾਂ ਨੂੰ ਟੇਢੇ ਢੰਗ ਨਾਲ ਇਹ ਵੀ ਸਾਡੇ ਜਵਾਕਾਂ ਦਾ ਪਾਲਣ ਪੋਸ਼ਣ ਕਿਰਤੀ ਬੰਦੇ ਨੇ ਕਰਨਾ, ਸਾਡੇ 'ਤੇ ਉਹ ਕੋਈ ਪ੍ਰਸ਼ਨ ਨਾ ਕਰੇ ਵੀ ਅਸੀਂ ਕੰਮ ਕਰਦੇ ਕਿ ਨਹੀਂ ਕਰਦੇ। ਮਸਲਾ ਇੱਥੇ ਸੀ ਸਰ, ਅਤੇ ਉਹ ਇਹੋ ਜਿਹੀਆਂ ਸਾਖੀਆਂ ਜੁੜੀਆਂ ਹੋਈਆਂ ਸਾਰੇ ਭਗਤਾਂ ਦੇ ਨਾਲ, ਇਕੱਲੇ ਇਹਦੇ ਨਾਲ ਨਹੀਂ, ਸਾਰੇ ਭਗਤਾਂ ਦੇ ਨਾਲ। ਭਗਤੀ ਲਹਿਰ ਦੇ ਵਿੱਚੋਂ ਉੱਠਿਆ ਹੋਇਆ ਸਮਾਜ ਸੁਧਾਰ ਦਾ ਉਹ ਪੱਖ ਜਿਹੜਾ ਬ੍ਰਾਹਮਣਵਾਦ ਦੇ ਵਿਰੋਧ 'ਚ ਖੜ੍ਹਾ ਸੀ, ਉਸ ਬ੍ਰਾਹਮਣਵਾਦ ਦੇ ਵਿਰੋਧ 'ਚ ਖੜ੍ਹੇ ਉਸ ਪੱਖ ਨੂੰ ਜਦੋਂ ਇੱਕ ਵਿਚਾਰਧਾਰਾ ਦੇ ਵਿੱਚ ਥਾਂ ਮਿਲਦਾ, ਜਿਹੜੀ ਵਿਚਾਰਧਾਰਾ ਇਹੋ ਜਿਹੀ ਹੈ ਜਿਹਦੇ 'ਚ ਹੋਰ ਰਲਾ ਨਹੀਂ ਪਾਇਆ ਜਾ ਸਕਦਾ, ਉਹਦੇ 'ਚ ਫਿਰ ਪਰਚੀਆਂ ਰਾਹੀਂ, ਉਹਦੇ 'ਚ ਫਿਰ ਉਹਨਾਂ ਦੀਆਂ ਸਾਖੀਆਂ ਰਾਹੀਂ, ਉਹਨਾਂ ਦੇ ਪਿਛਲੇ ਕਰਮ ਕਾਂਡਾਂ ਨੂੰ ਹੋਰ ਤਰ੍ਹਾਂ ਵਿਗਾੜ ਕੇ ਸਾਰਿਆਂ ਨੂੰ ਬਾਹਮਣ ਦੀ ਸੇਵਾ 'ਚ ਕਿਵੇਂ ਲੱਗੇ ਲਾਏ ਆ, ਇਹ ਹੈ। ਫਿਰ ਇੱਥੇ ਹੋਰ ਵੇਖੋ ਤੁਸੀਂ, ਇੱਕ ਹੋਰ ਚਲਾਕੀ ਹੈ ਬਈ, ਜੱਟ ਦਾ ਜੱਟ ਨੂੰ ਲਾਲਚ ਕੀ ਹੁੰਦਾ ਵੀ ਮੇਰੇ ਕੋਲ ਪਸ਼ੂ ਚਾਰ ਦੇਵੇ, ਅਤੇ ਮੇਰਾ ਕੋਈ ਹਲ ਠੱਕ ਦੇਵੇ, ਅਤੇ ਮੇਰੇ ਕੋਲ ਨੱਕੇ ਛੱਡ ਦੇਵੇ,
ਭਗਵਾਨ ਉਹਦੇ ਨੱਕੇ ਛੱਡਦਾ, ਭਗਵਾਨ ਉਹਦਾ ਹਲਟ ਗੇੜਦਾ ਅਤੇ ਭਗਵਾਨ ਉਹਦੀਆਂ ਗਾਂਜਾਂ ਚਾਰ ਦਿੰਦਾ। ਅਤੇ ਜਿਹੜਾ ਇਹਨੂੰ ਪੰਡਤ ਨੂੰ ਕੀ ਲਾਲਚ ਹੈ, ਪੰਡਤ ਨੂੰ ਲਾਲਚ ਆ ਵੀ ਮੈਂ ਰਹਾਂ ਵਿਹਲਾ, ਮੈਨੂੰ ਕੰਮ ਕੋਈ ਨਾ ਹੋਵੇ, ਕਿਉਂਕਿ ਪੰਡਤ ਪੇਸ਼ ਕੀਤਾ ਬੇਣੀ ਨੂੰ, ਬੇਣੀ ਦੇ ਘਰ 'ਚ ਰਾਸ਼ਨ ਅਤੇ ਸਾਰੇ ਕਹੇ ਦੀ ਲੋੜ ਆ, ਉਹ ਰਾਸ਼ਨ ਉਹਦੇ ਪਹੁੰਚ ਜੂ। ਮਤਲਬ ਉੱਧਰ ਨਾ ਹੋਰ ਕਿਸੇ ਭਗਤ ਦੇ ਘਰ ਜਿੰਨੇ ਪੰਡਿਤ ਹੈ ਇਹਦੇ 'ਚ, ਉਹਨਾਂ ਦੇ ਘਰ ਆਏ ਰਾਸ਼ਨ ਆਉਂਦਾ ਸਾਰਿਆਂ ਦੇ ਵਿਖਾਇਆ, ਜਿਹੜੇ ਦੂਜੀਆਂ ਜਾਤਾਂ ਵਾਲੇ ਆ ਜਾਂ ਦੂਜੇ ਆ ਸਾਰੇ, ਉਹਨਾਂ ਦੇ ਕਿਸੇ ਦੇ ਰਾਸ਼ਨ ਆਉਂਦਾ ਨਹੀਂ ਵਿਖਾ, ਕਿਉਂਕਿ ਉਹ ਤਾਂ ਕਿਰਤਨਾ ਪਹਿਲਾਂ ਹੀ ਜੁੜੇ ਹੋਏ ਆ ਅਤੇ ਕਿਰਤਨੇ ਜੋੜ ਕੇ ਉਹਨਾਂ ਨੂੰ ਰੱਖਣਾ ਚਾਹੁੰਦੇ ਆ, ਵੀ ਉਹ ਸਾਡੇ ਨੂੰ ਵਿਹਲੇ ਵੇ ਕੇ ਤਾਂ ਖਾ ਹੀ ਨਹੀਂ ਸਕਦੇ ਉਹ। ਮਤਲਬ ਸੂਖਮਤਾ ਹੀ ਇਹ ਬਹੁਤ ਬਰੀਕੀ ਨਾਲ ਇਹ ਸਾਰਾ ਤਾਣਾ ਬਾਣਾ ਬੁਣਿਆ ਵਾ। ਇਸ ਤਾਣੇ ਬਾਣੇ ਨੂੰ ਅਸੀਂ ਓਨਾ ਚਿਰ ਨਹੀਂ ਸਮਝ ਸਕਦੇ ਜਿੰਨਾ ਚਿਰ ਅਸੀਂ ਉਹਨਾਂ ਭਗਤਾਂ ਦੀ ਰਚੀ ਹੋਈ ਵਿਚਾਰਧਾਰਾ ਦੇ ਅਰਥਾਂ ਸਮੇਤ ਅਸੀਂ ਆਪਣੇ ਦਿਮਾਗ 'ਚ ਨਹੀਂ ਲੈ ਕੇ ਜਾਂਦੇ। ਇੱਕ ਪਾਸੇ ਉਹਨਾਂ ਦੀਆਂ ਸਾਖੀਆਂ ਦਾ ਪਲੜੇ 'ਚ ਪਾਉਣਾ ਤੱਕੜੀ ਦੇ 'ਚ, ਇੱਕ ਪਾਸੇ ਪਾਉਣੀ ਆ ਇਹ ਵਿਚਾਰਧਾਰਾ ਜਿਹੜੀ ਉਹਨਾਂ ਦੀ ਆਪਦੀ ਖੁਦ ਦੀ ਰਚੀ ਵੀ ਹੈ। ਆਪਾਂ ਰਚੀ ਵੀ ਨੂੰ ਮੰਨਣਾ, ਆਪਾਂ ਉਹਨਾਂ ਦੀਆਂ ਉਹਨਾਂ ਬਾਰੇ ਪ੍ਰਚਲਿਤ ਸਾਖੀਆਂ ਨੂੰ ਮੰਨਣਾ ਜਿਹੜੀਆਂ ਪੰਡਿਤ ਨੇ ਪਰੀਚੇ ਜਾਂ ਪਰਚੀਆਂ ਰਾਹੀਂ ਸਾਡੇ ਪੱਲੇ 'ਚ ਪਾਈਆਂ, ਇਸ ਅਸੀਂ ਫੈਸਲਾ ਕਰਨਾ। ਭਿੱਖੀ ਸਾਹਿਬ ਮਸਲਾ ਤਾਂ ਅਸਲ 'ਚ ਇੱਥੇ ਦਰਸ਼ਕਾਂ ਨੂੰ ਤਾਂ ਬੇਨਤੀ ਆਪਣੀ ਇੱਕੋ ਹੀ ਆ ਵੀ ਅਸਲ 'ਚ ਜਿਹੜਾ ਸਿਲੇਬਸ ਹੀ ਗਿਆਨ ਆ ਨਾ, ਜਿਵੇਂ ਸਾਡੇ ਸਿਲੇਬਸ 'ਚ ਪੜ੍ਹਾਇਆ ਜਾਂਦਾ, ਹੁਣ ਤਾਂ ਸਿਲੇਬਸ ਨਾਲ ਐਡੀ ਵੱਡੀ ਮਾਰ ਪਈ ਆ ਸਿਲੇਬਸ ਨੂੰ। ਮੈਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਬਈ, ਸਿਲੇਬਸ ਦੇ ਵਿੱਚੋਂ ਜਿਹੜਾ ਕੁਝ ਸਾਨੂੰ ਸਮਾਜਿਕ ਸਿੱਖਿਆ ਦਿੰਦਾ ਸੀ, ਜਿਹੜਾ ਸਾਨੂੰ ਵਿਗਿਆਨਕ ਸਿੱਖਿਆ ਦਿੰਦਾ ਸੀ, ਜਿਹੜਾ ਸਾਨੂੰ ਇਹੋ ਜਿਹੀਆਂ ਸਿੱਖਿਆਵਾਂ ਦਿੰਦਾ ਸੀ ਜਿਹੜੀਆਂ ਸਾਡੀ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਸੀ, ਸਮੇਂ ਦੀ ਸਰਕਾਰ ਨੇ ਕਰੋਨਾ ਵਾਇਰਸ ਆਉਣ ਦੇ ਬਹਾਨੇ ਦੇ ਨਾਲ ਘੱਟ ਸਮਾਂ ਸਕੂਲਾਂ ਅਤੇ ਕਾਲਜਾਂ ਦੇ ਸਿਲੇਬਸ ਨੂੰ ਮਿਲਣ ਦਾ ਕਰਕੇ ਉਹਦੇ 'ਚੋਂ ਸਿਲੇਬਸ ਹੀ ਉਹ ਕੱਢਤਾ ਜਿਹੜਾ ਸਿਲੇਬਸ ਸਾਡੇ ਕੰਮ ਦਾ ਸੀ, ਉਹ ਵੀ ਕੱਢਤਾ ਜਿਹੜਾ ਮਾੜਾ ਮੋਟਾ ਸੀਗਾ। ਅਤੇ ਪਰ ਸਾਰਿਆਂ ਨੂੰ ਬੇਨਤੀ ਮੇਰੀ ਇਹ ਆ ਵੀ ਇਕੱਲਾ ਸਿਲੇਬਸ ਨਾ ਪੜ੍ਹੋ, ਤੁਸੀਂ ਜ਼ਰੂਰ ਉਹਨਾਂ ਦੀਆਂ ਸਾਖੀਆਂ ਪੜ੍ਹਨ 'ਚ ਅਤੇ ਸੁਣਨ 'ਚ ਕੋਈ ਹਰਜ ਨਹੀਂ ਗਾ, ਪਰ ਸੁਣ ਕੇ ਅਤੇ ਪੜ੍ਹ ਕੇ ਉਹਦੇ 'ਤੇ ਵਿਚਾਰ ਕਰਨਾ ਸਿੱਖ ਲਓ ਵੀ ਕਿੱਥੇ ਬਾਹਮਣ ਤੇਜ਼ੀ ਤੁਹਾਡੇ ਨਾਲ ਚਲਾਕੀ ਕਰਦਾ, ਕਿੱਥੇ ਤੁਹਾਡੇ ਨਾਲ ਹੇਰਾ ਫੇਰੀ ਕਰਦਾ, ਕਿੱਥੇ ਉਹ ਸੂਖਮਤਾਈ ਕਰਦਾ, ਉਹਨੂੰ ਮੋੜ ਦਿੰਦਾ, ਇਹਨੂੰ ਆਪਾਂ ਨੂੰ ਸਿੱਖਣਾ ਪੈਣਾ। ਮਿਹਰਬਾਨੀ, ਸਮਾਂ ਦਿੱਤਾ, ਬਹੁਤ ਧੰਨਵਾਦ, ਬਹੁਤ ਧੰਨਵਾਦ ਜੀ ਭਿੱਖੀ ਸਾਹਿਬ, ਸ਼ੁਕਰੀਆ। ਦਰਸ਼ਕੋ, ਅਗਲੇ ਭਗਤਾਂ ਦੀਆਂ ਪ੍ਰਚਲਿਤ ਸਾਖੀਆਂ ਬਾਰੇ, ਉਹਨਾਂ ਦੇ ਵਿਗਿਆਨਿਕ ਪੱਖ ਬਾਰੇ ਆਪਾਂ ਸੁਰਜੀਤ ਦੌਦਰ ਜੀ ਨਾਲ ਸਮੇਂ ਸਮੇਂ 'ਤੇ ਗੱਲ ਕਰਦੇ ਰਹਾਂਗੇ, ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ। ਧੰਨਵਾਦ।